ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਸਾਰੇ? ਸੋ ਅੱਜ ਸਾਡੇ ਤੀਜ ਦਾ ਫੰਕਸ਼ਨ, ਜਿਸ ਦੇ ਲਈ ਮੈਨੂੰ ਪਤਾ ਹੈ ਅਸੀਂ ਰੈਡੀ ਨਹੀਂ ਹੋਏ ਹਾਂ, ਬਟ ਅਸੀਂ ਚੁਟਕੀ ਵਜਾਉਂਦੇ ਹੀ ਸੂਟ ਪਾ ਲਿਆ ਅਤੇ ਫਟਾਫਟ ਬਹਿ ਗਏ ਮੇਕਅਪ ਕਰਨ ਲਈ। ਅਤੇ ਸਟਾਰਟਿੰਗ ਆਪਾਂ ਨੇ ਕੀਤੀ ਫਾਊਂਡੇਸ਼ਨ ਤੋਂ। ਹਾਂ, ਮੈਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਮੂੰਹ ਧੋ ਕੇ ਮੋਇਸਚਰਾਈਜ਼ਰ ਲਾਉਂਦੇ ਆ, ਬਟ ਇਹ ਸਭ ਕੁਛ ਮੈਂ ਪਹਿਲਾਂ ਹੀ ਕਰ ਚੁੱਕੀ ਸੀ, ਇਸ ਕਰਕੇ ਮੈਂ ਡਾਇਰੈਕਟਲੀ ਸਟਾਰਟ ਕਰਦਾ। ਬਾਏ ਦ ਵੇ, ਅਸੀਂ ਇੰਨੇ ਜ਼ਿਆਦਾ ਲੇਟ ਹੋ ਚੁੱਕੇ ਆ, ਮੈਨੂੰ ਗਾਲਾਂ ਵੀ ਪੈ ਚੁੱਕੀਆਂ ਸਵੇਰੇ ਸਵੇਰੇ। ਐਂਡ ਫਟਾਫਟ ਅਸੀਂ ਬਹਿ ਗਏ ਮੇਕਅਪ ਥੋੜ੍ਹ ਪੜ ਲਈ, ਫਟਾਫਟ ਅਸੀਂ ਸੋਹਣੇ ਪੜਨਾ ਹੈ। ਅਤੇ ਇੱਥੇ ਆਲਰੇਡੀ ਇੰਦੂ ਤਿਆਰ ਹੋ ਕੇ ਆ ਚੁੱਕੀ ਸੀ ਮੇਰੇ ਤੋਂ ਪਹਿਲਾਂ। ਅਤੇ ਫਟਾਫਟ ਅਸੀਂ ਆਪਣੀ ਖੋਲ੍ਹੀ ਆਈ ਸ਼ੈਡੋ ਕਿੱਟ, ਜੋ ਕਿ ਹੁਣੀ ਹੁਣੀ ਅਸੀਂ ਥੋੜ੍ਹੇ ਦਿਨ ਪਹਿਲਾਂ ਲੈ ਕੇ ਆਏ ਸੀ। ਅਤੇ ਅੱਜ ਜੋ ਫਾਈਨਲੀ ਮੈਨੂੰ ਮੌਕਾ ਮਿਲਿਆ ਸੀਗਾ, ਤਾਂ ਮੈਂ ਕਿੱਦਾਂ ਛੱਡ ਜਾਂਦੀ? ਸੋ ਫਟਾਫਟ ਆਪਣਾ ਆਈ ਮੇਕਅਪ ਕਰਕੇ, ਆਈ ਸ਼ੈਡੋ ਲਗਾ ਕੇ, ਸਭ ਤੋਂ ਪਹਿਲਾਂ ਆਪਾਂ ਨੇ ਬਲਸ਼ਰ ਲਗਾਇਆ, ਫਿਰ ਉਸ ਤੋਂ ਬਾਅਦ ਆਪਾਂ ਨੇ ਲਿਪ ਲਾਈਨਰ ਫਟਾਫਟ ਲਗਾ ਕੇ ਲਿਪਸਟਿਕ ਲਗਾਉਣੀ ਸਟਾਰਟ। ਅਤੇ ਪਿੱਛੇ ਨਾਲ ਨਾਲ ਮੰਮਾ ਵੀ ਰੈਡੀ ਹੋ ਰਹੇ ਸੀਗੇ, ਤੁਸੀਂ ਦੇਖ ਸਕਦੇ ਹੋ ਪਿੱਛੇ। ਅਤੇ ਭੁਪਿੰਦਰ ਮੈਮ ਫਟਾਫਟ ਰੈਡੀ ਹੋਣ ਲੱਗੇ ਸੀ। ਅਤੇ ਆ ਗਿਆ ਜੀ ਮੇਰਾ ਫੇਵਰੇਟ ਪਾਰਟ ਮੇਕਅਪ ਦਾ, ਜੋ ਕਿ ਆਈ ਲਾਈਨਰ ਲਗਾਉਣਾ। ਇਹ ਮੈਨੂੰ ਪਤਾ ਹੈ ਕਿ ਚੱਲ ਨਹੀਂ ਰਿਹਾ ਸੀਗਾ, ਮੈਂ ਬਹੁਤ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਜਾ ਕੇ ਇਹ ਚੱਲਿਆ। ਅਤੇ ਫਟਾਫਟ ਦੋਨੋਂ ਅੱਖਾਂ 'ਤੇ ਆਈ ਲਾਈਨਰ ਲਾ ਕੇ ਮੈਂ ਲਾਉਣ ਲੱਗ ਗਈ ਮਸਕਾਰਾ। ਅਤੇ ਫਟਾਫਟ ਮਸਕਾਰਾ ਲਾ ਕੇ ਆਪਾਂ ਨੇ ਜਵੈਲਰੀ ਪਾਉਣੀ ਸਟਾਰਟ ਕਰਤੀ। ਅਤੇ ਕੰਨਾਂ 'ਚੋਂ ਆਪਾਂ ਪਾਉਣ ਲੱਗ ਗਏ ਕਾਂਟੇ, ਬੋਲੇ ਚੂੜੀਆਂ, ਬੋਲੇ ਕੰਗਣਾ ਕਰਦੇ ਕਰਦੇ। ਅਤੇ ਪਿੱਛੇ ਭੁਪਿੰਦਰ ਮੈਮ ਪ੍ਰਾਕਸ਼ੀ ਨੂੰ ਫਟਾਫਟ ਤਿਆਰ ਕਰਨ ਲੱਗੇ ਹੋਏ ਸੀ। ਅਤੇ ਉੰਨੀ ਦੇਰ 'ਚ ਮੈਂ ਆਪਣਾ ਦੂਸਰਾ ਏਅਰਿੰਗ ਵੀ ਪਾ ਲਿਆ, ਐਂਡ ਫਟਾਫਟ ਮੈਂ ਗੁੱਤ ਕਰਵਾਉਣ ਚਲੀ ਗਈ। ਅਤੇ ਮੇਰੀ ਦੇਖ ਲਓ ਕਿੰਨੀ ਲੰਬੀ ਗੁੱਤ ਹੈ, ਕਿਸੇ ਨੂੰ ਦੱਸਿਓ ਨਾ, ਨਕਲੀ ਪਾ ਲੈ। ਅਤੇ ਫਟਾਫਟ ਟਿੱਕਾ ਲਗਾ ਕੇ ਮੈਂ ਫਲਿਕਸ ਕੱਢੀ ਪਹਿਲੀ ਵਾਰ, ਜੋ ਕਿ ਸੋਹਣੀ ਲੱਗ ਰਹੀ ਸੀ। ਅਤੇ ਫਾਈਨਲੀ ਹੁਣ ਅਸੀਂ ਜਾਣ ਲਈ ਰੈਡੀ ਹਾਂ। ਅਤੇ ਇਹ ਸੀਗੀ ਸਾਡੇ ਸਾਰਿਆਂ ਦੀ ਫਾਈਨਲ ਲੁੱਕ। ਥੈਂਕਸ ਫੋਰ ਵਾਚਿੰਗ। ਜੇ ਤੁਹਾਨੂੰ ਸਾਡਾ ਮਿੰਨੀ ਵਲੌਗ ਪਸੰਦ ਆਇਆ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਤੁਸੀਂ ਵੇਟ ਕਰਦੇ ਰਹੋ ਪਾਰਟ 2 ਲਈ। ਥੈਂਕ ਯੂ।